ਇਹ ਕੰਮ ਅਸੀਂ ਕਰਨਾ ਨਹੀਂ। ਕਈ ਬੰਦੇ ਮੈਂ ਜਲਸਿਆਂ ਦੇ ਬੜੇ ਠਰਕੀ ਵੇਖੇ ਨੇ, ਉਹਨਾਂ ਨੂੰ ਠਰਕ ਹੁੰਦਾ ਵੀ ਜਲਸਾ ਲਾਜ਼ਮੀ ਸੁਣਨਾ ਹੈ। ਤੁਹਾਨੂੰ ਪੁੱਛ ਲਈਏ ਨਾ ਵੀ ਦਿਹਾੜੀ 'ਚ ਕੋਈ 10-20 ਨਫਲ ਪੜ੍ਹੀ ਫਰਜ਼ਾਂ ਤੋਂ ਇਲਾਵਾ? ਅੱਲਾਹ ਦੇ ਤੁਸੀਂ ਤਾਂ ਠੇਕੇਦਾਰ ਬਣੋ ਜੇ ਤੁਸੀਂ ਨਫਲ ਪੜ੍ਹੋ, ਤੁਸੀਂ ਤਾਂ ਫਰਜ਼ਾਂ ਦੇ ਤਾਰਕ ਜੇ ਤਾਂ ਨਫਲ ਕਿੱਥੇ? ਜਿਹੜਾ ਬੰਦਾ ਨਫਲ ਪੜ੍ਹਦਾ ਉਹ ਅੱਲਾਹ ਦਾ ਮਹਬੂਬ, ਕਿਉਂਕਿ ਵੱਧ ਕੀਤਾ ਹੈ ਨਾ ਉਹਨੇ ਕੰਮ। ਮਿਸਾਲ ਮੈਂ ਕਿਸੇ ਬੰਦੇ ਨੂੰ ਕਵਾਂ ਯਾਰ ਉੱਥੋਂ ਮੇਰੇ ਲਈ ਪਾਈਆ ਦੁੱਧ ਲਿਆਈ, ਤੁਹਾਨੂੰ ਮੇਰੇ ਨਾਲ ਪਿਆਰ ਹੋਵੇ, ਡਾਕਟਰ ਰਿਆਜ਼ ਸਾਹਿਬ ਭੋਜਨ ਭਾਈ ਜੋਈਆ ਅਬਦੁਲ ਗਫੂਰ ਹੋਏ, ਮੈਂ ਉਹਨਾਂ ਨੂੰ ਫੋਨ ਕਰਾਂ ਭਾਈ ਅਬਦੁਲ ਗਫਾਰ ਗੁੱਜਰ ਨੂੰ, ਯਾਰ ਉੱਥੋਂ ਜਾਈ ਇਹਦੇ ਅੱਧਾ ਕਿਲੋ ਦੁੱਧ ਲੈ ਪਾਈਆ ਲੈ ਆ। ਅਤੇ ਉਹ ਕਿਲੋ ਲੈ ਆਉਣਗੇ, ਕਹਿਣਗੇ ਮੈਂ ਕਿਹਾ ਯਾਰ ਤੁਹਾਨੂੰ ਤਾਂ ਮੈਂ ਅੱਧਾ ਕਿਲੋ ਕਿਹਾ ਸੀ। ਉਹ ਮਦਨੀ ਸਾਹਿਬ, ਮੈਂ ਮਦਨੀ ਸਾਹਿਬ ਨੇ ਕਿਹਾ ਚੱਲ ਕਿਲੋ ਲੈ ਜਾ, ਓਏ ਮੇਰੇ ਨਾਲ ਮੁਹੱਬਤ ਕਰਨ ਵਾਲਾ ਮੇਰੇ ਕਹਿਣ ਤੋਂ ਬਿਨਾਂ ਅੱਧਾ ਕਿਲੋ ਵੱਧ ਲੈ ਆਵੇ ਨਾ, ਮੈਨੂੰ ਉਹ ਅੱਧਾ ਕਿਲੋ ਦੀ ਖੁਸ਼ੀ ਨਹੀਂ ਹੋਣੀ ਜਿਹੜੀ ਮੈਂ ਉਹਨੂੰ ਕਿਹਾ, ਜਿਹੜਾ ਉਹਨੇ ਆਪਣੀ ਤਰਫੋਂ ਵੱਧ ਲਿਆਂਦਾ ਮੈਨੂੰ ਉਹਦੀ ਖੁਸ਼ੀ ਹੋਣੀ ਹੈ। ਅੱਜ ਤੁਹਾਡੇ ਫਰਜ਼ ਜਿਹੜੇ ਨਮਾਜ਼ ਦੇ ਨੇ, ਇਹ ਤਾਂ ਅੱਲਾ ਨੇ ਕਿਹਾ ਅਤੇ ਤੁਸੀਂ ਪੜ੍ਹਿਆ ਨਾ, ਜਿਹੜੇ ਨਫਲ ਪੜ੍ਹਦੇ ਜੀ ਉਹਦੀ ਬਹੁਤੀ ਖੁਸ਼ੀ ਹੁੰਦੀ ਹੈ, ਉਹ ਅਸੀਂ ਨਫਲ ਪੜ੍ਹਦੇ ਹੀ।